ਸੈਂਟਰ ਸਰਕਾਰ ਨੂੰ ਅਸੀਂ ਇਹ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹਾਂ, ਖਾਸ ਕਰਕੇ ਆਪਣੇ ਦਲਿਤ ਜਿਹੜੇ ਸਾਡੇ ਵਿਧਾਇਕ ਬੈਠੇ ਆ, ਜਾਂ ਐਮ ਪੀ ਆ, ਜਾਂ ਐਮ ਐਲ ਏ ਬੈਠੇ ਆ, ਜਿੰਨੀਆਂ ਵੀ ਪਾਰਟੀ 'ਚ ਬੈਠੇ ਆ, ਸਾਡੀ ਉਹਨਾਂ ਨੂੰ ਵੀ ਬੇਨਤੀ ਆ ਕਿ ਇਸ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ। ਅਸੀਂ ਤੁਹਾਨੂੰ ਬਹੁਤ ਸੋਹਣੀਆਂ ਜਤਾਇਆ ਸੀ ਵੋਟਾਂ ਪਾਈਆਂ, ਅਸੀਂ ਕਾਂਗਰਸ ਵੀ ਜਾਂ ਹੋਰ ਵੀ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਵਿਚਾਰ ਰੱਖਣ ਪਬਲਿਕ ਦੇ ਨਾਲ। ਜੋ ਸ਼ੂਦਰਾਂ ਦਾ ਕਿਹੋ ਜਿਹਾ ਕੰਮ ਕੀਤਾ ਆ, ਸਾਨੂੰ ਮੁੜ ਕੇ ਸ਼ੂਦਰ ਬਣਾਉਣਾ ਚਾਹੁੰਦੇ ਆ, ਅਸੀਂ ਉਹ ਨਹੀਂ ਬਣਨਾ ਚਾਹੁੰਦੇ, ਅਸੀਂ ਤੁਹਾਨੂੰ ਸ਼ੂਦਰ ਬਣਾਵਾਂਗੇ। ਸਾਨੂੰ ਉਹ ਜਿਹਾ ਹੱਕ ਲੈ ਕੇ ਦੇਵਾਂ, ਅਸੀਂ ਸਰਕਾਰ ਨੂੰ ਗਰਾਂਟਾਂ ਦੇਵਾਂਗੇ, ਸਾਨੂੰ ਸਰਕਾਰ ਦੀ ਗਰਾਂਟਾਂ ਦੀ ਕੋਈ ਲੋੜ ਨਹੀਂ। ਸ਼ੂਦਰਾਂ ਨੂੰ ਆਪਣੇ ਹੱਕ ਲੈਣੇ ਆਉਂਦੇ ਆ। ਜੋ ਬਾਬਾ ਸਾਹਿਬ ਭੀਰ ਸਾਹਿਬ ਨੇ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ, ਤੁਸੀਂ ਉਹਨਾਂ ਛੇੜਛਾੜ ਕਰ ਰਹੇ ਆ, ਉਹ ਬਹੁਤ ਮੰਦਭਾਗਾਊਗਾ, ਇੱਕ ਦਿਨ ਇਹਦਾ ਤੁਹਾਨੂੰ ਬਹੁਤ ਸਜ਼ਾ ਉਲਟ ਭੁਗਤਣੀ ਪਊਗੀ। ਅਸੀਂ ਮਨੁਵਾਦੀ ਵਿਚਾਰਾਂ ਦੇ ਮੰਤਰੀਆਂ ਨੂੰ ਜਾਂ ਜਿਹੜੀ ਵੀ ਉਹ ਸਰਕਾਰ 'ਚ ਬੈਠੇ ਆ, ਅਸੀਂ ਉਹਨਾਂ ਨੂੰ ਇਹ ਤਾੜਨਾ ਕਰਦੇ ਹਾਂ, ਜਾਂ ਇਨਡਾਇਰੈਕਟ ਜਾਂ ਡਾਇਰੈਕਟ ਇਸ ਸੰਵਿਧਾਨ ਨਾਲ ਛੇੜਛਾੜ ਲੱਗੀ। ਬਹੁਤ ਇਹਨਾਂ ਸੋਧਾਂ ਕਰ ਕਰਕੇ ਸਾਡੇ ਹੱਕ ਲੈ ਕੇ ਕੱਟ ਦਿੱਤੇ ਗਏ ਆ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਸੰਵਿਧਾਨ ਦੇ ਨਾਲ ਕੋਈ ਛੇੜਖਾਨੀ ਨਹੀਂ ਹੋਣੀ ਚਾਹੀਦੀ। ਬਾਬਾ ਸਾਹਿਬ ਭੀਰ ਸਾਹਿਬ ਨੇ ਸਾਰਿਆਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਸੀ, ਖਾਸ ਕਰਕੇ ਬ੍ਰਾਹਮਣ ਬਾਦ ਹਿੰਦੂ ਜਿੰਨੇ ਵੀ ਹੋਏ ਆ, ਕਿਸੇ ਦਾ ਵੀ ਹੱਕ ਨਹੀਂ ਮਾਰਿਆ। ਪਰ ਸਾਡਾ ਹੱਕ ਕਿਉਂ ਇਹ ਸਰਕਾਰ ਮਾਰ ਰਹੀ ਆ? ਅਸੀਂ ਨਾ ਕੁਛ ਮੰਗਦੇ ਨਹੀਂ ਹੈਗੇ, ਅਸੀਂ ਆਪਣਾ ਹੱਕ ਮੰਗਦੇ, ਕੋਈ ਭਿੱਖਿਆ ਨਹੀਂ। ਇਹ ਜਿਹੜੀ ਰਕਸ਼ਣ ਆ ਸਾਡਾ ਸੰਵਿਧਾਨਕ ਹੱਕ ਆ, ਅਸੀਂ ਕੋਈ ਨਾ ਕੋਈ ਭੀਖ ਨਹੀਂ ਮੰਗ ਰਹੇ। ਸਾਡੇ ਜੇ ਸੰਵਿਧਾਨਕ ਹੱਕ ਨੂੰ ਮਾਰਨਗੇ ਤਾਂ ਅਸੀਂ ਵੀ ਇਹਨਾਂ ਨੂੰ ਮਾਰਨ ਤੋਂ ਝਿਜਕਾਂਗੇ ਨਹੀਂ। ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ। ਅਸੀਂ ਮੋਦੀ ਸਾਹਿਬ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਉਹਨੇ ਸਾਡੇ ਸਮਾਜ ਲਈ ਸੋਚਿਆ, ਬੜਾ ਗਲਤ ਸੋਚਿਆ, ਇਹ ਕੰਮ ਉਹਨੂੰ ਨਹੀਂ ਕਰਨਾ ਚਾਹੀਦਾ ਸੀ। ਇਹ ਧੱਕੇ ਸਾਈ ਜੇ ਸਾਡੇ ਨਾਲ ਕਰਦਾ ਆ ਤਾਂ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਸਾਡੇ ਹੱਕ ਆ ਉਹ ਸਾਨੂੰ ਦਿੱਤੇ ਜਾਣ। ਬਾਕੀ ਮੈਂ ਬੇਨਤੀ ਕਰਦਾ ਹਾਂ ਜਿੰਨੇ ਵੀ ਸਾਡੇ ਕਲਾਕਾਰ ਆ, ਹੋਰ 'ਤੇ ਬਹੁਤ ਸਾਰੇ ਗੀਤ ਕੱਢਦੇ ਆ, ਅੱਜ ਕਈ ਵੀ ਕਲਾਕਾਰ ਸਾਡੇ ਨਾਲ ਰੋਡ 'ਤੇ ਨਹੀਂ ਆਇਆ, ਜਿੰਨੇ ਅਸੀਂ ਆਮ ਜਨਤਾ ਵਾਲੇ ਹਾਂ, ਅਸੀਂ ਆਪ ਇੱਥੇ ਆਏ ਹਾਂ। ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਗੁਰਪੁਰਬ 'ਤੇ ਤਾਂ ਬੜੇ ਰਵਿਦਾਸ ਮਹਾਰਾਜ ਦੇ, ਡਾਕਟਰ ਮੇਲਗਾਹ ਸਾਹਿਬ ਦੇ ਬੜੇ ਤੁਸੀਂ ਗਾਣੇ ਗਾਉਂਦੇ ਆ, ਅਤੇ ਅੱਜ ਤੁਹਾਨੂੰ ਕੀ ਬਿਮਾਰੀ ਆ? ਅੱਜ ਆਓ ਰੋਡਾਂ 'ਤੇ ਕਰਦੇ ਆ। ਕਲੇਰ ਕੰਠ ਸਾਹਿਬ ਹੋ ਗਏ, ਮੱਖਣ ਸਾਹਿਬ ਹੋ ਗਏ, ਅੱਜ ਕਿੱਥੇ ਗਏ? ਅੱਜ ਆਮ ਜਨਤਾ ਦੇਖੋ ਜਿੱਥੇ ਵੀ ਆ ਗਈ, ਆਮ ਜਨਤਾ ਆ, ਕੋਈ ਸਾਡੇ ਨਾਲ ਕਲਾਕਾਰ ਨਹੀਂ, ਕੋਈ ਸਾਡਾ ਕੋਈ ਲੀਡਰ ਨਹੀਂ। ਕੱਲ੍ਹ ਸਾਡੇ ਕੋਈ ਲੀਡਰ ਜਾਂ ਕੋਈ ਹੋਰ ਜਦ ਸਾਡੇ ਹੱਕਾਂ ਨਹੀਂ ਲਾਣ ਦਿਆ, ਕੱਲ੍ਹ ਸਾਡੇ ਘਰਾਂ ਦੇ ਵਿੱਚ ਵੋਟਾਂ ਲੈਣ ਆਇਆ, ਅਸੀਂ ਜੁੱਤੀਆਂ ਮਾਰ ਕੇ ਕੱਢਾਂਗੇ, ਕੋਈ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ। ਇਸ ਤੋਂ ਬਾਅਦ ਜੋ ਸਾਡੇ ਹੱਕ ਆ ਅਸੀਂ ਉਹ ਹੱਕ ਲੈਣਾ ਆ, ਚਾਹੇ ਸਾਨੂੰ ਜੁੱਤੀ ਜ਼ੋਰ ਨਾਲ ਲੈਣੇ ਪੈਣ, ਅਸੀਂ ਲੈ ਕੇ ਹੱਕ ਲਾਂਗੇ। ਜੋਤੀ ਅੰਬੇਡਕਰੀ ਫਰੋਮ ਜਲੰਧਰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਧਰਨੇ 'ਤੇ ਕਿਉਂ ਬੈਠੇ ਹਾਂ, ਕਿਉਂ? ਕਿਉਂਕਿ ਉਹਦੇ ਵਿੱਚ ਐਸ ਸੀ ਐਸ ਟੀ ਐਕਟ ਨੂੰ ਲੀਕ ਕੀਤਾ ਗਿਆ ਆ। ਐਸ ਸੀ ਐਸ ਟੀ ਐਕਟ ਉਹ ਹੈ, ਇਹ ਲੋਕ ਕਹਿੰਦੇ ਨੇ ਕਿ ਐਸ ਸੀ ਐਸ ਟੀ ਐਕਟ ਦੇ ਇਹ ਜਿਹੜੇ ਲੋਕ ਹੈ ਦਲਿਤ ਸਮਾਜ ਝੂਠੇ ਪਰਚੇ ਕਰ ਦਿੰਦਾ ਹੈ। ਝੂਠੇ ਪਰਚੇ ਤਾਂ 307 ਦੇ ਵੀ ਹੁੰਦੇ ਨੇ, ਝੂਠੇ ਪਰਚੇ 420 ਦੇ ਵੀ ਹੁੰਦੇ ਨੇ ਅਤੇ 26 ਦੇ ਵੀ ਹੁੰਦੇ ਨੇ, ਕਿ ਸਿਰਫ ਇੱਕ ਐਸ ਸੀ ਐਸ ਟੀ ਐਕਟ 'ਤੇ ਹੀ ਝੂਠੇ ਪਰਚੇ ਹੁੰਦੇ ਨੇ, ਕਦੇ ਵੀ ਨਹੀਂ। ਜਿੱਦਣ ਦਾ ਐਸ ਸੀ ਐਸ ਟੀ ਐਕਟ ਨੂੰ ਵੀਕ ਕੀਤਾ ਗਿਆ ਆ, ਉਸ ਦਿਨ ਦਾ ਤੁਸੀਂ ਦੇਖੋ ਸੋਸ਼ਲ ਮੀਡੀਆ 'ਤੇ ਕਿਵੇਂ ਸਾਡੇ ਬਾਬਾ ਸਾਹਿਬ ਖਿਲਾਫ਼ ਸਟੇਟਮੈਂਟ ਆ ਰਹੀ ਆ, ਵੀਡੀਓ ਵਾਇਰਲ ਹੋ ਗਈ ਆ। ਉਸ ਲੜਕੀ ਨੂੰ ਵੀ ਮੇਰਾ ਇਹ ਕਹਿਣਾ ਆ ਕਿ ਜੇ ਬੋਲਣਾ ਸੀ ਤਾਂ ਬਾਈ ਫੇਸ ਆ ਕੇ ਬੋਲਦੀ, ਉਸ ਅੰਬੇਡਕਰ ਦੀ ਧੀ ਇੱਥੇ ਖੜੀ ਆ ਕਿ ਤੇਰਾ ਜਵਾਬ ਦੇਣ ਲਈ ਖੜੀ ਆ, ਠੀਕ ਹੈ ਨਾ? ਐਸ ਸੀ ਐਸ ਟੀ ਕਮਜ਼ੋਰ ਕਰਨ ਦਾ ਮਤਲਬ ਕੀ ਹੈ? ਕਿਉਂਕਿ ਉਹ ਮੋਦੀਆਂ ਦੀ ਸਰਕਾਰ ਹੈ ਅਤੇ ਉਹ ਇਹੀ ਚਾਹੁੰਦੇ ਨੇ ਕਿ ਇਹ ਸਮਾਜ ਸੁੱਤਾ ਹੋਇਆ ਹੈ। ਬਟ ਜਦ ਤੱਕ ਸਾਡਾ ਸਮਾਜ ਜੈ ਰਵਿਦਾਸ ਕਰਨ ਨੂੰ ਨਾ ਕੇ ਹਟ ਕੇ ਬਾਬਾ ਸਾਹਿਬ ਨੂੰ ਨਹੀਂ ਫੋਲੋ ਕਰਦਾ, ਉਦ ਤੱਕ ਅਸੀਂ ਕਿਸੇ ਪਾਸੇ ਦੇ ਨਹੀਂ। ਸਾਡਾ ਲੋਕ ਸਮਾਜ ਜਾਂਦਾ ਆ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਬਨਾਰਸ ਜਾਂਦਾ ਹੈ, ਠੀਕ ਹੈ? ਉੱਥੇ ਕਰਦੇ ਆ ਜੈ ਰਵਿਦਾਸ ਪੱਥਰੀ ਤਾਰਨ ਵਾਲਾ। ਜੈ ਰਵਿਦਾਸ ਕਰਨ ਦੀ ਬਜਾਏ ਜੇ ਤੁਸੀਂ ਬਾਬਾ ਸਾਹਿਬ ਦੀ ਸੋਚ 'ਤੇ ਪੈਰਾ ਦਿੱਤਾ ਹੁੰਦਾ ਤਾਂ ਸ਼ਾਇਦ ਐਸ ਸੀ ਐਸ ਟੀ ਕਾਨੂੰਨ ਨਾ ਜਬੀਕ ਨਾ ਹੁੰਦਾ, ਠੀਕ ਹੈ? ਉਸ ਤੋਂ ਸੈਕਿੰਡ ਸਾਡੀ ਅਪੀਲ ਹੈ, ਜਿਹੜੇ ਸਾਡੇ ਐਮ ਐਲ ਏ ਐਮ ਪੀ ਕਾਂਗਰਸ 'ਚ ਬੈਠੇ ਨੇ ਜਾਂ ਟੀਨੂ ਸਾਹਿਬ ਬੈਠੇ ਨੇ ਅਕਾਲੀ ਦਲ 'ਚ, ਉਹ ਵੀ ਇੱਕ ਐਸ ਸੀ ਸਰਟੀਫਿਕੇਟ ਲਾ ਕੇ ਹੀ ਬੈਠੇ ਨੇ, ਉਹ ਇੱਕ ਐਸ ਸੀ ਸਰਟੀਫਿਕੇਟ ਲਾ ਕੇ ਹੀ ਆਪਣੀਆਂ ਸਰਕਾਰਾਂ 'ਚ ਬੈਠੇ ਨੇ, ਕਿ ਉਹਨਾਂ ਨੂੰ ਜੇ ਇੰਨੀ ਹੀ ਹੈ ਐਸ ਸੀ ਐਸ ਟੀ ਐਕਟ ਤੋਂ ਪ੍ਰੋਬਲਮ ਹੈ ਅਤੇ ਉਹ ਆਪਣਾ ਛੱਡ ਦੇਣ, ਉਹ ਕਿਉਂ ਆਪਣਾ ਐਸ ਸੀ ਐਸ ਟੀ ਕਾਸਟ ਲਾਉਂਦੇ ਨੇ, ਲਾਉਣ ਉਹਨਾਂ ਦੇ ਜਾ ਕੇ ਫਲੈਗ? ਉਹ ਅੱਜ ਕੋਈ ਉਹਨਾਂ ਦੀ ਸਟੇਟਮੈਂਟ ਨਹੀਂ ਆਈ, ਬਟ ਜਦੋਂ ਇਲੈਕਸ਼ਨ ਹੋਣੀ ਉਹਨੇ ਸਭ ਤੋਂ ਪਹਿਲਾਂ ਆਉਣਾ ਆ। ਸਾਡਾ ਵੀਕਨੈਸ ਪੁਆਇੰਟ ਕੀ ਹੈ ਸਾਡੇ ਸਮਾਜ ਦਾ? ਉਹ ਕੀ ਹੈ ਕਿ ਸਾਨੂੰ ਆਪਣੀ ਵੋਟ ਦਾ ਨਹੀਂ ਪਤਾ। ਜਿਸ ਦਿਨ ਸਾਨੂੰ ਆਪਣੀ ਵੋਟ ਦਾ ਪਤਾ ਹੋਊਗਾ ਅਸੀਂ ਬੀ ਐਸ ਪੀ ਨੂੰ ਵੋਟ ਦੇ ਦਿੰਦੇ, ਪਰ ਇਹ ਲੋਕ ਤਾਂ ਇੱਕ ਪਾਸੇ ਤਾਂ ਆਪਣੇ ਅਧੀਏ ਦੀ ਬੋਲਤਾਂ 'ਤੇ ਵਿਕ ਜਾਂਦੇ ਆ, ਠੀਕ ਆ? ਸਾਡਾ ਇਹੀ ਪ੍ਰੋਬਲਮ ਹੈ ਕਿ ਅਸੀਂ ਐਜੂਕੇਟ ਨਹੀਂ ਹੈ, ਸਾਡਾ ਸਮਾਜ ਐਜੂਕੇਟ ਹੋ ਕੇ ਵੀ ਅਨਐਜੂਕੇਟਡ ਹੈ, ਠੀਕ ਹੈ? ਜਿਸ ਦਿਨ ਇਹ ਸਮਾਜ ਐਜੂਕੇਟ ਹੋਏਗਾ, ਐਜੂਟੇਟ ਹੋਏਗਾ, ਓਰਗਨਾਈਜ਼ ਹੋਏਗਾ, ਉਸ ਦਿਨ ਸਾਡੀ ਬੀ ਐਸ ਪੀ ਦੀ ਸਰਕਾਰ ਹੋਏਗੀ, ਅਤੇ ਬੀ ਐਸ ਪੀ ਦੀ ਸਰਕਾਰ ਹੋਏਗੀ, ਸਾਡਾ ਕੰਸਟੀਟਿਊਸ਼ਨ ਜਿੰਦਾ ਰਹੂਗਾ, ਸਾਡੇ ਬਾਬਾ ਸਾਹਿਬ ਦਾ ਸੁਪਨਾ ਪੂਰਾ ਹੋਊਗਾ। ਬਾਬਾ ਸਾਹਿਬ ਜਿਨ੍ਹਾਂ ਨੇ ਕਿ ਲੇਡੀਜ਼ ਦੇ ਲਈ ਆਪਣਾ ਰਿਜ਼ਾਈਨ ਤੱਕ ਦੇ ਦਿੱਤਾ ਸੀ, ਪਰ ਉਹ ਲੇਡੀਜ਼ ਉਸ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੀ।
ਉਹ ਇਹ ਸੋਚਦੇ ਨੇ ਕਿ ਜੋ ਸਾਨੂੰ ਰਾਈਟ ਮਿਲੇ ਨੇ ਉਹ ਇੱਕ ਨੈਚੁਰਲ ਰਾਈਟ ਮਿਲੇ ਨੇ ਇਹ ਨੈਚੁਰਲ ਨਾ ਹੋ ਕੇ ਸਾਡੇ ਬਾਬਾ ਸਾਹਿਬ ਦੀ ਪਸੀਨੇ ਦੀ ਕਮਾਈ ਅੱਜ ਤੁਸੀਂ ਦੇਖੋ ਸਾਡਾ ਸਮਾਜ ਹਰ ਇੱਕ ਆਪਣੇ ਏਰੀਏ ਆਪਣੇ ਜ਼ਿਲ੍ਹੇ ਦੇ ਵਿੱਚ ਆਪਣਾ ਜੋ ਹੈ ਪ੍ਰੋਟੈਸਟ ਕਰ ਰਿਹਾ ਆ ਠੀਕ ਹੈ ਬਟ ਉਹਦੇ ਨਾਲ ਕਿ ਸਾਡਾ ਜਿਹੜਾ ਡੇਰਾਬਾਦ ਹੈ ਉਹ ਕੋਈ ਆਇਆ ਆ ਬਟ ਨਹੀਂ ਜੋ ਕਿ ਯੂਪੀ ਵਿੱਚ ਇੱਕ ਸੀਐਮ ਹੈ ਠੀਕ ਹੈ ਅਗਰ ਉਹ ਜੋਗੀ ਹੋ ਕੇ ਯੂਪੀ ਵਿੱਚ ਸੀਐਮ ਬਣ ਕੇ ਬੈਠ ਸਕਦਾ ਆ ਸਾਡੇ ਪੰਜਾਬ ਵਿੱਚ 310 ਡੇਰੇ ਨੇ ਕਿ ਇਹਨਾਂ ਵਿੱਚ ਕੋਈ ਵੀ ਕੁਆਲੀਫਾਈਡ ਨਹੀਂ ਹੈ ਜੋ ਇੱਕ ਸੀਐਮ ਬਣ ਸਕਦਾ ਆ ਕੀ ਇਹ ਸਿਰਫ ਸਾਡੇ ਸਮਾਜ ਨੂੰ ਮੱਥਾ ਟੇਕਣ ਜਾਂ ਘੰਟੀਆਂ ਵਜਾਉਣ ਤੱਕ ਹੀ ਰੱਖਣਾ ਚਾਹੁੰਦੇ ਨੇ ਬਾਬਾ ਸਾਹਿਬ ਕਹਿੰਦੇ ਸੀ ਕਿ ਸਿੱਖਿਆ ਇੱਕ ਐਸੀ ਸ਼ੈਲੀ ਦਾ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ ਤੁਸੀਂ ਆਪਣੇ ਬੱਚਿਆਂ ਨੂੰ ਸੀਰੀਅਲ ਹਟਾਓ ਜੀਓ ਤੋਂ ਹਟਾਓ ਕਿਉਂਕਿ ਜੀਓ ਇੱਕ ਇਹੋ ਉਹਨਾਂ ਦੀ ਇੱਕ ਸਾਜਿਸ਼ ਹੈ ਉਹਨਾਂ ਨੇ ਜੀਓ ਲਾਂਚ ਕਰਕੇ ਸਾਡੇ ਸਮਾਜ ਨੂੰ 4 ਸਾਲ ਪਿੱਛੇ ਲੈ ਗਏ ਠੀਕ ਹੈ ਕਿਉਂਕਿ ਜਿੱਥੇ ਅਸੀਂ ਅੱਗੇ ਵਧਣਾ ਸੀ ਆਪਣੇ ਰੂਲ ਦੇ ਲਈ ਉੱਥੇ ਅਸੀਂ ਜੀਓ ਦੇ ਵਿੱਚ ਲੱਗੇ ਰਹਿੰਦੇ ਹਾਂ ਕਦੀ ਮੂਵੀਜ਼ ਦੇਖ ਲਈ ਕਦੀ ਕੁਛ ਦੇਖ ਠੀਕ ਹੈ ਜੀਓ ਨੂੰ ਵੀ ਭੁੱਲੋ ਆਪਣੇ ਆਪ ਨੂੰ ਦੇਖੋ ਆਪਣੇ ਬੱਚਿਆਂ ਨੂੰ ਰਾਜ ਸਭਾ ਸਿਖਾਓ ਕਿ ਤੁਹਾਡਾ ਮੂਵਮੈਂਟ ਤੁਹਾਡਾ ਨੇ ਉਹ ਏਰੀਆ ਆ ਤੁਸੀਂ ਆਪਣੇ ਰਾਜ ਸਭਾ ਤੱਕ ਜਾ ਕੇ ਆਪਣੇ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰੋ SC/ST ਐਕਟ ਹੈ ਜੋ ਉਹ ਸਾਡੇ ਸੰਵਿਧਾਨ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੇਕਰ ਸਰਕਾਰ ਇੰਪਲੀਮੈਂਟ ਨਹੀਂ ਕਰਦੀ ਤੇ ਤੁਹਾਨੂੰ ਇਦਾਂ ਹੀ ਰਹਿਣਗੇ ਠੀਕ ਹੈ ਮੋਦੀ ਜੋ ਕਿ ਇੱਕ ਗੱਲ ਕਰ ਰਿਹਾ ਕਿ ਕਨਸਟੀਟਿਊਸ਼ਨ ਚੇਂਜ ਕਰਨਾ ਜਿਸ ਨੇ GST ਕਰਕੇ 180 ਤੋਂ ਵੱਧ ਇੰਪਲੀਮੈਂਟ ਉਹਦੇ ਵਿੱਚ ਕਰ ਦਿੱਤੀ ਹੈ ਤੇ ਉਹ ਕਨਸਟੀਟਿਊਸ਼ਨ ਲਿਖਣਗੇ ਕਿੱਥੋਂ ਲਵਾਂ ਉਹ ਚਾਹੁੰਦੇ ਨੇ ਕਿ ਫਿਰ ਤੋਂ ਦੁਬਾਰਾ ਮਨੁ ਸਿਮਰਤੀ ਲਾਗੂ ਕੀਤੀ ਜਾਵੇ ਮਨੁ ਸਿਮਰਤੀ ਲਾਗੂ ਦੇ ਵਿੱਚ ਕਿ ਸਾਡੇ ਸਮਾਜ ਦੇ ਪਿੱਛੇ ਝਾੜੂ ਤੇ ਗਲਿਆਂ 'ਚ ਕੁੱਝੇ ਹੋਣਗੇ ਠੀਕ ਹੈ ਉਹਨਾਂ ਦਾ ਸਮਾਜ ਅੱਜ ਖਤਰੇ ਵਿੱਚ ਹੈ ਸਾਡਾ ਸਮਾਜ ਅੱਜ ਖਤਰੇ ਵਿੱਚ ਹੈ ਉਹ ਲੋਕ 15% ਹੋ ਕੇ ਵੀ ਸਾਡੇ ਤੇ ਰਾਜ ਕਰ ਰਹੇ ਨੇ ਅਸੀਂ 85% ਹੋ ਕੇ ਗੁਲਾਮ ਵੀ ਹਾਂ ਜੁੱਤੀਆਂ ਵੀ ਖਾ ਰਹੇ ਤੇ ਟੈਕਸ ਵੀ ਪੇ ਕਰ ਰਹੇ ਕਿਉਂ ਕਰ ਰਹੇ ਕਿਉਂਕਿ ਅਸੀਂ ਗੁਲਾਮ ਹਾਂ ਸਾਡੀ ਮਾਨਸਿਕਤਾ ਗੁਲਾਮ ਹੈ ਜਦ ਤੱਕ ਮਾਨਸਿਕ ਗੁਲਾਮ ਅਸੀਂ ਆਜ਼ਾਦ ਨਹੀਂ ਹੋ ਸਕਦੇ ਇਸ ਕਰਕੇ ਆਪਣਾ 85% ਹੈ ਜੋ ਉਹ ਵਿਚਾਰਾਂ ਦੇ ਵਿੱਚ 85 ਬਣੋ ਤੇ ਆਪਣੀ ਜੋ ਇਹਨਾਂ ਨਿੱਕੀਆਂ ਨਿੱਕੀਆਂ ਕਾਸਟਾਂ ਦੇ ਲੜਦੇ ਆ ਉਹ ਲੜਾਈ ਖਤਮ ਕਰੋ ਬਾਬਾ ਸਾਹਿਬ ਦੀ ਸੋਚ ਨੂੰ ਫੋਲੋ ਕਰੋ ਕਿ ਕਾਸਟ ਸਿਸਟਮ ਨੂੰ ਖਤਮ ਕਰੋ ਉਹ ਗੱਲ ਕਰਦੇ ਆ ਰਿਜ਼ਰਵੇਸ਼ਨ ਖਤਮ ਕਰੋ ਅਸੀਂ ਕਹਿੰਦੇ ਰਿਜ਼ਰਵੇਸ਼ਨ ਖਤਮ ਕਰੋ ਘਰ ਉਹ ਤੋਂ ਪਹਿਲਾਂ ਤੁਸੀਂ ਕਾਸਟ ਸਿਸਟਮ ਖਤਮ ਕਰੋ ਜਿਸ ਦਿਨ ਕਾਸਟ ਸਿਸਟਮ ਖਤਮ ਹੋਏਗਾ ਅਸੀਂ ਮੈਰਿਟ ਲਿਸਟ 'ਚ ਆਵਾਂਗੇ ਤਾਂ ਅਸੀਂ ਆਪਣੀ ਰਿਜ਼ਰਵੇਸ਼ਨ ਆਪਣੇ ਹੱਥੀਂ ਖਤਮ ਕਰਾਂਗੇ ਸਾਡੇ ਸਾਹਿਬ ਕਾਂਛੀ ਰਾਮ ਕਹਿੰਦੇ ਸੀ ਤੁਸੀਂ ਕਹੋ ਕਿ ਅਸੀਂ ਇਸ ਦੇਸ਼ ਦੇ ਹੁਕਮਰਾਨ ਆ ਕਿਉਂਕਿ ਅਸੀਂ ਇਸ ਦੇਸ਼ 'ਚ ਰਿਜ਼ਰਵੇਸ਼ਨ ਲੈਣੇ ਵਾਲੇ ਨਹੀਂ ਰਿਜ਼ਰਵੇਸ਼ਨ ਦੇਣੇ ਵਾਲੇ ਬਣਾਂਗੇ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਰਾਜ ਸਭਾ ਵੱਲ ਦੇਖੋ ਇਕੱਲਾ ਬਾਬਾ ਸਾਹਿਬ ਦੀ ਫੋਟੋ 'ਤੇ ਰੱਖ ਕੇ ਕੜਾਹ ਨਾ ਵੰਡੋ ਉਸ ਦੀ ਚੀਜ਼ ਨੂੰ ਉਸਨੂੰ ਫੋਲੋ ਕਰੋ ਉਹ ਕੀ ਕਹਿ ਰਹੇ ਸੀ ਬਾਬਾ ਸਾਹਿਬ ਉਹਨਾਂ ਨੇ ਆਪਣੀ ਲਾਈਫ ਗਵਾਈ ਆਪਣੇ ਬੱਚੇ ਗਵਾਏ ਸਾਡੇ ਸਮਾਜ ਦੇ ਲਈ ਗਵਾਏ ਸਿਰਫ ਅੱਜ ਇੰਨੇ ਕੁ ਧੰਨ ਨੇ ਤਾਂ ਸਾਡੇ 85% ਲੋਕ ਨੇ ਨਹੀਂ ਇਹੀ ਅਗਰ ਸਾਡੇ 85 ਲੋਕਾਂ ਨੂੰ ਕਹਿ ਦਿੰਦਾ ਕਿ ਉੱਥੇ ਨਕਲ ਆਇਆ ਤਾਂ ਸਾਡੇ ਲੋਕ ਉੱਥੇ ਸਭ ਤੋਂ ਜ਼ਿਆਦਾ ਅਤੇ ਨੋਟ ਵੀ ਮਾਰਦੇ ਉੱਦਾਂ ਕਹਿ ਦਿੰਦੇ ਅਸੀਂ ਆਟਾ ਦਾਲ ਸਕੀਮ ਲੈਣੀ ਆਟਾ ਦਾਲ ਸਕੀਮ ਲੈਣੀ ਛੱਡੋ ਨੌਕਰੀਆਂ ਦੀ ਗੱਲ ਕਰੋ ਨੌਕਰੀਆਂ ਲੈ ਕੇ ਆਟਾ ਦਾਲ ਸਕੀਮ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਠੀਕ ਹੈ ਉਹਨਾਂ ਨੇ ਤਾਂ ਸਾਡਾ ਇੱਕ ਕੁੱਤੇ ਵਾਲਾ ਕੰਮ ਕੀਤਾ ਜਿਵੇਂ ਅਸੀਂ ਘਰ 'ਚ ਕੁੱਤਾ ਰੱਖਿਆ ਹੁੰਦਾ ਰੋਟੀ ਵਾਧੂ ਹੋ ਜੇ ਕੁੱਤੇ ਨੂੰ ਪਾ ਦਿਓ ਜਿੰਨਾ ਅਨਾਜ ਵਾਧੂ ਉਹ ਕਹਿੰਦੇ ਇਹਨੂੰ ਸਮਾਜ ਨੂੰ ਦੇ ਦਿਓ ਕਿਉਂਕਿ ਸਾਡੀ ਤਾਂ ਕੋਈ ਵੈਲਿਊ ਹੀ ਨਹੀਂ ਸਮਝਦੇ ਸਾਹਿਬ ਕਾਂਛੀ ਰਾਮ ਜੀ ਨੇ ਇੱਕ ਨਾਰਾ ਦਿੱਤਾ ਸੀ ਕਿ ਵੋਟ ਹਮਾਰਾ ਰਾਜ ਤੁਹਾਰਾ ਨਹੀਂ ਚਲੇਗਾ ਨਹੀਂ ਚਲੇਗਾ ਉਹੀ ਗੱਲ ਹੈ ਕਿ ਵੋਟਾਂ ਸਾਡੀਆਂ ਅਤੇ BJP ਸਰਕਾਰ ਕਰਕੇ ਸਾਡੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ ਦੱਸੋ ਕਿੱਥੇ ਦਾ ਇਹ ਰਾਈਟ ਠੀਕ ਹੈ ਨਾ ਇਸ ਕਰਕੇ ਆਪਣੇ ਆਪ ਨੂੰ ਬੱਚਿਆਂ ਨੂੰ ਪੜ੍ਹਾਓ SC/ST ਐਕਟ ਨੂੰ ਦੁਬਾਰਾ ਇੰਪਲੀਮੈਂਟ ਕਰਵਾਓ ਜੋ ਨਹੀਂ ਕਰ ਰਹੇ ਤਾਂ ਸਾਡੇ ਰੋਸ ਧਰਨੇ ਇੱਦਾਂ ਹੀ ਰਹਿਣਗੇ ਜੈ ਭੀਮ ਜੈ ਭਾਰਤ ਸਾਡੇ ਗਰੀਬਾਂ ਦੇ ਹੱਕ ਜਿਹੜੇ ਖੋਏ ਆ ਉਹ ਸਾਨੂੰ ਵਾਪਸ ਮਿਲਣੇ ਚਾਹੀਦੇ ਆ ਨਹੀਂ ਤਾਂ ਅਸੀਂ ਜੋ ਸਾਡੇ ਤੋਂ ਹੋਊਗਾ ਅਸੀਂ ਕਰਾਂਗੇ ਸਾਡੇ ਜਿਹੜੇ ਬੱਚਿਆਂ ਦੇ ਜੋ ਵੀ ਸਾਡੇ ਹੱਕ ਖੋਹਦਾ ਆ ਜੋ ਨੌਕਰੀਆਂ ਦੇ ਜੋ ਸਾਡੇ ਸਾਨੂੰ ਚਮਾਰ ਸੱਦ ਕੇ ਸਾਨੂੰ ਚੂੜੇ ਸੱਦ ਕੇ ਸਾਨੂੰ ਸੱਦਦਾ ਅਸੀਂ ਇਹਦੇ ਬਰਾਬਰ ਖੜੇ ਹੋਣ ਜੇ ਸਾਨੂੰ ਆਪਣੇ ਬਰਾਬਰ ਕਰੇ ਤਾਂ ਫਿਰ ਅਸੀਂ ਪਿੱਛੇ ਹੋਵਾਂਗੇ ਨਹੀਂ ਤਾਂ ਅਸੀਂ ਨਹੀਂ ਆਪਣਾ ਹੱਕ ਨਹੀਂ ਛੱਡਾਂਗੇ ਮੋਦੀ ਨੇ ਜੋ ਸਾਡੇ ਵਾਸਤੇ ਕੀਤਾ ਹੈ ਬਹੁਤ ਮਾੜਾ ਕੀਤਾ ਹੈ ਅਸੀਂ ਵੋਟਾਂ ਪਾਉਂਦੇ ਹਾਂ ਇਹਨਾਂ ਦੇ ਮਗਰ ਲੱਗਦੇ ਇਹ ਸਾਨੂੰ ਕੋਈ ਨਹੀਂ ਦਿੰਦੇ ਹੈਗੇ ਸਹੂਲਤ ਨਹੀਂ ਦਿੰਦੇ ਹੈਗੇ ਜੇਕਰ ਸਾਡਾ ਨਾ ਇਹ ਫੈਸਲਾ ਵਾਪਸ ਇਹ ਵਾਲਾ ਲਿਆ ਤਾਂ ਅਸੀਂ ਜੋ ਸੱਤ ਹੋਊਗਾ ਅਸੀਂ ਕਰਾਂਗੇ ਸੰਘਰਸ਼ ਪੂਰਾ ਕਰਾਂਗੇ ਅਸੀਂ ਡਟ ਕੇ ਕਰਾਂਗੇ ਜੈ ਭੀਮ ਜੈ ਭੀਮ ਜੈ ਭੀਮ